ਅੱਜ ਮੇਲਾ 9ਵੀਂ 10ਵੀਂ ਦਾ ਅਤੇ ਪਵਿੱਤਰ ਇਸ਼ਨਾਨ ਅਚਲੇਸ਼ਵਰ ਧਾਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਸੰਗਤਾਂ ਜਿਹੜੀਆਂ ਸਾਰੇ ਦੇਸ਼ ਵਿਦੇਸ਼ ਤੋਂ ਸੰਗਤਾਂ 2 ਦਿਨ ਪਹਿਲਾਂ ਹੀ ਆਣੀਆਂ ਸ਼ੁਰੂ ਹੋ ਗਈਆਂ ਸਾਡੇ ਕੋਲ ਅਚਲੇਸ਼ਵਰ ਮੰਦਿਰ ਕਾਰ ਸੇਵਾ ਟਰੱਸਟ ਕੋਲ ਇਸ ਵੇਲੇ 30 ਕਮਰੇ ਹਨ ਜਿਹਦੇ ਵਿੱਚ ਸੰਗਤਾਂ ਆਪਣੇ ਆ ਕੇ ਰਹਿ ਜਾਂਦੀਆਂ ਨੇ ਔਰ ਇਹ ਪਵਿੱਤਰ ਇਸ਼ਨਾਨ ਜਿਹੜਾ 9ਵੀਂ 10ਵੀਂ ਦਾ ਹੈ ਭਗਵਾਨ ਕਾਰਤਿਕ ਸਵਾਮੀ ਦੇ ਅਚਲ ਹੋਣ ਦੇ ਇਹ ਜਿਹੜਾ ਮੇਲਾ ਮਨਾਇਆ ਜਾਂਦਾ ਹੈ 33 ਕੋਟੀ ਦੇਵਤਾ ਜਿਹੜੇ ਭਗਵਾਨ ਕਾਰਤਿਕ ਸਵਾਮੀ ਨੂੰ ਮਨਾਉਣ ਵਾਸਤੇ ਇਸ ਪਵਿੱਤਰ ਸਥਾਨ 'ਤੇ ਆਏ ਸਨ ਔਰ ਪ੍ਰਥਮ ਪਾਤਸ਼ਾਹੀ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਵੀ ਮੇਲੇ ਸ਼ਿਵਰਾਤ ਦੇ ਮੇਲੇ 'ਤੇ ਇੱਥੇ ਸੁੰਨ ਮੇਲਾ ਸ਼ਿਵਰਾਤ ਬਾਬਾ ਚੱਲ ਬਟਾਲੇ ਆਏ ਔਰ ਬੜਾ ਸਿੱਧ ਸਥਾਨ ਹੈ ਜੋ ਵੀ ਸੰਗਤ ਆਪਣੀ ਮਨੋਕਾਮਨਾ ਵਾਸਤੇ ਇੱਥੇ ਪ੍ਰਾਰਥਨਾ ਕਰਦੀ ਹੈ ਭੋਲੇ ਸ਼ੰਕਰ ਉਹਦੀਆਂ ਪ੍ਰਾਰਥਨਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਜੈ ਸ਼ੰਕਰ ਪ੍ਰਧਾਨ ਜੀ ਅੱਜ ਯੂਥ ਬਾਰੇ ਕੀ ਜਾਣੇ ਅੱਜ ਨੌਜਵਾਨ ਪੀੜ੍ਹੀ ਜੋ ਨਸ਼ੇ ਵੱਲ ਜਾ ਰਹੀ ਹੈ ਇਹ ਮੇਰਾ ਖਿਆਲ ਹੈ ਸਾਡਾ ਮੰਦਰਾਂ ਦਾ ਜਿਹੜਾ ਵਿਸ਼ਾ ਸੀ ਅਤੇ ਮੰਦਰ ਕਮੇਟੀ ਅਤੇ ਅਚਲੇਸ਼ਵਰ ਮੰਦਰ ਵੱਲੋਂ ਇਹ ਹੀ ਸਾਰੀ ਯੂਥ ਨੂੰ ਕਹਿੰਦੇ ਹਾਂ ਵੀ ਆਪਣੇ ਧਰਮ ਨਾਲ ਜੁੜੋ ਜਿਸ ਵੀ ਧਰਮ ਦੇ ਤੁਸੀਂ ਬੰਦੇ ਹੋ ਉਸ ਧਰਮ ਨਾਲ ਜੁੜੋ ਔਰ ਨਸ਼ਿਆਂ ਨੂੰ ਛੱਡੋ ਔਰ ਆਪਣੀ ਪੀੜ੍ਹੀ ਨੂੰ ਅੱਗੇ ਲੈ ਕੇ ਚੱਲੋ।